ਪੱਗ ਬੰਨੀ ਵੀ ਕਲਾ ਹੈ। ਇਸ ਕਲਾ ਚ ਮਾਹਰ ਇੱਕ ਨੌਜਵਾਨ ਜਿੱਥੇ ਖੁਦ ਵੱਖ ਵੱਖ ਸਥਿਤੀਆਂ ਚ ਪੱਗ ਬੰਨ ਲੈਂਦਾ ਹੈ, ਉੱਥੇ ਹੋਰਾਂ ਨੂੰ ਵੀ ਇਹ ਕਲਾ ਸਿਖਾ ਰਿਹਾ ਹੈ। ਕੋਈ ਸਮਾਂ ਸੀ ਜਦੋਂ ਪੰਜਾਬ ਵਿੱਚ ਪੱਗ ਬੰਨਣਾ ਇੱਕ ਜ਼ਰੂਰਤ ਸੀ। ਫਿਰ ਇੱਕ ਦੌਰ ਆਇਆ ਕਿ ਪੱਛਮ ਦੇ ਫੈਸ਼ਨ ਦੀ ਹਨੇਰੀ ਵਿੱਚ ਪੱਗ ਬੰਨਣ ਦਾ ਰੁਝਾਨ ਘਟਦਾ ਵਿਖਾਈ ਦਿੱਤਾ। ਪਰ ਹੁਣ ਇੱਕ ਵਾਰ ਫਿਰ ਪੱਗ ਬੰਨਣਾ ਸਿਰਫ ਜ਼ਰੂਰਤ ਹੀ ਨਹੀਂ ਰਿਹਾ, ਬਲਕਿ ਇੱਕ ਕਲਾ ਬਣਦਾ ਜਾ ਰਿਹਾ ਹੈ। ਇਸ ਕਲਾ ਨੂੰ ਉਤਸ਼ਾਹਿਤ ਕਰਨ ਵਾਲਿਆਂ ਵਿੱਚ ਸ਼ਾਮਿਲ ਹੈ ਇੱਕ ਨੌਜਵਾਨ ਮਨਜੀਤ, ਜੋ ਪੱਗ ਬੰਨਣ ਵਿੱਚ ਇੰਨਾ ਮਾਹਿਰ ਹੈ ਕਿ ਉਹ ਬਿਨਾਂ ਕਿਸੇ ਸ਼ੀਸ਼ੇ ਤੋਂ ਇੱਥੋਂ ਤੱਕ ਕਿ ਅੱਖਾਂ 'ਤੇ ਪੱਟੀ ਬੰਨ੍ਹ ਕੇ ਵਧੀਆ ਪੱਗ ਬੰਨ੍ਹ ਲੈਂਦਾ ਹੈ। ਇਹੀ ਨਹੀਂ, ਉਹ ਚਲਦੇ ਫਿਰਦਿਆਂ ਅਤੇ ਮੋਟਰਸਾਈਕਲ ਤੇ ਬਹਿ ਕੇ ਵੀ ਪੱਗ ਬੰਨ ਸਕਦਾ ਹੈ। ਆਪਣੀ ਇਸ ਮਹਾਰਤ ਨੂੰ ਮਨਜੀਤ ਨੇ ਇੱਕ ਬਿਜ਼ਨਸ ਵਿੱਚ ਵੀ ਤਬਦੀਲ ਕਰ ਲਿਆ ਹੈ। ਉਹ ਬਠਿੰਡਾ ਵਿੱਚ ਇੱਕ ਦਸਤਾਰ ਅਕੈਡਮੀ ਖੋਲ ਕੇ ਹੁਣ ਤੱਕ ਸੈਂਕੜੇ ਵਿਅਕਤੀਆਂ ਨੂੰ ਪੱਗ ਬੰਨਣੀ ਸਿਖਾ ਚੁੱਕਿਆ ਹੈ। ਉਹ ਆਪਣੀ ਇਸ ਨਿਪੁੰਨਤਾ ਬਾਰੇ ਕਹਿੰਦਾ ਹੈ ਕਿ ਉਹ ਇੱਕ ਕਿੱਤਾ ਹੀ ਨਹੀਂ ਬਲਕਿ ਨੌਜਵਾਨਾਂ ਨੂੰ ਸਿੱਖ ਵਿਰਸੇ ਨਾਲ ਜੋੜਨ ਦਾ ਉਪਰਾਲਾ ਵੀ ਕਰ ਰਿਹਾ ਹੈ। ਬੜਾ ਬੁਲਟ ਪਿਆਰਾ ਸੀ ਆਪਣਾ ਨਾਉਂਦੇ ਬੁਲਟ ਚਮਕਾਉਂਦੇ ਤੇ ਹੌਲੀ ਚਲਾਉਂਦੇ ਗੇੜੀਆਂ ਲਾਉਂਦੇ ਬੁਲਟ ਦੇ ਉੱਤੇ ਕੁੜੀ ਵੀ ਮਰਦੀ ਜਿਹੜਾ ਕਮਰਾ ਗਿਲਦਾ ਸੀ ਆਂਟੀ ਸੀ ਪਿੱਟਦੀ ਉਹ ਮਹਿਫਿਲ ਨਿੱਤਦੀ ਯਾਰ ਆਏ ਰਹਿੰਦੇ ਇਕੱਠੇ ਜਦ ਬਹਿੰਦੇ ਬੋਤਲਾਂ ਖੁੱਲੀਆਂ ਗਰਾਰੀ ਅੜਦੀ ਮੈਂ ਬਠਿੰਡੇ ਸ਼ਹਿਰ ਵਿਖੇ ਮਤਲਬ ਕਿ 1.5 ਸਾਲ ਤੋਂ ਅਕੈਡਮੀ ਚਲਾ ਰਿਹਾ ਹਾਂ, ਜਿਹਦੇ ਵਿੱਚ ਮੈਂ 550-600 ਦੇ ਕਰੀਬ ਸਟੂਡੈਂਟ ਨੂੰ ਸਿਖਲਾਈ ਦੇ ਚੁੱਕਿਆ ਹਾਂ। ਮੇਰਾ ਸ਼ੌਂਕ, ਮੈਂ ਬਿਨਾਂ ਸ਼ੀਸ਼ਾ ਵੇਖੇ ਅੱਖਾਂ 'ਤੇ ਪੱਟੀ ਬੰਨ੍ਹ ਕੇ 4 ਮਿੰਟਾਂ ਵਿੱਚ ਪੱਗ ਬੰਨ੍ਹ ਲੈਂਦਾ ਹਾਂ। ਦੀਪ ਲੰਡੀ ਜੀਪ ਵਾਲਾ, ਦੀਪ ਲੰਡੀ ਜੀਪ ਵਾਲਾ, ਸਿਰੇ ਬਿਨ ਲਾਉਂਦਾ ਤੇ ਕੁੜਤੇ ਪਾਉਂਦਾ, ਸੋਹਣੀ ਜਿਹੀ ਸੇਲੀ ਯੂਨੀ ਵਿੱਚ ਬੇਲੀ, ਯਾਰਾਂ ਦਾ ਯਾਰ ਸਾਡਾ ਐਮਐਲਏ, ਜਦ ਪਿੰਡ ਨੂੰ ਮੁੜਦੇ ਸੀ ਚੀਮਾ ਬਾਈ ਮਿਲਦਾ, ਉਹ ਟੁਕੜਾ ਦਿਲ ਦਾ ਮੋਟਰ ਤੇ ਪੈਂਦੇ ਹੱਥ ਕੱਢ ਲੈਂਦੇ। ਪੁੱਛੋ ਮੰਡੀ ਤੋਂ ਓਂਕਾਰ ਕਾਰੀ ਦੀ ਰਿਪੋਰਟ।